ਚ ਪੈਂਦੀ ਆ ਤਰੀਕਾ ਸੋ ਸੱਕਾ ਗੁਣ ਹੋ ਗਿਆ ਸ਼ਰੀਕਾ ਸੋ ਹੋ ਗਈ ਆ ਜ਼ਮਾਨੇ ਦੀ ਅਰੀਕਾ ਸੋ ਪਿਓ ਦੇ ਮਰਨ ਦੀ ਉਡੀਕਾ ਸੋ ਕੱਪੜਾਂ ਚ ਪੈਂਦੀ ਆ ਤਰੀਕਾ ਸੋ ਸੱਕਾ ਗੁਣ ਹੋ ਗਿਆ ਸ਼ਰੀਕਾ ਕਹਾਣੀ ਲੇਟ ਵੀ ਕਰੇਗਾ ਤੇ ਹੋਏਗੀ ਹੈਰਾਨੀ 12 ਘੰਟੇ ਕੰਮ ਕਰ ਚੂਲਾ ਹੈ ਬਲਦਾ 4-5 ਕੀਲਿਆਂ ਚ 10 ਕੀ ਹੈ ਬਲਦਾ ਦਿਨੇ ਆ ਕਲੇਸ਼ ਰਾਤੀ ਹੁੰਦਾ ਪੰਗਾ ਮਾਰ ਇਗਨੋਰ ਮੈਂ ਕਰੋ ਬਾਹਰ ਲੰਘਾ ਚਲਦੀਆਂ ਡਾਂਗਾ ਹੁੰਦਾ ਪਿਆ ਬਟਵਾਰਾ ਬੇਦਖਲੀ ਦੀ ਖਬਰ ਛੱਪੀ ਅਖਬਾਰਾ ਕੋਈ ਮੰਗਦਾ ਦੁਕਾਨ ਕੋਈ ਮੰਗਦਾ ਹੈ ਕਾਰਾਂ ਆ ਗਿਆ ਕਲੇਸ਼ ਮੇਰਾ ਬਚਪਨ ਸਾਰਾ ਪਰਿਆ ਹੋ ਗਿਆ ਹੈ ਹੁਣ ਨਿੱਜੀ ਮਸਲਾ ਪਾਈਆਂ ਵਿੱਚ ਚਲ ਗਿਆ ਸੀ ਕੱਲ ਅਸਲਾ ਟੁੱਟੀ ਬਾਹ ਦੇਖ ਸਾਰੇ ਕਿੰਨੇ ਸੀਟ ਰਹੇ ਲੋ ਵੀ ਚਲਾਤੇ ਫਿਰ ਸੀਸੀਟੀਵੀ ਕੈਮਰੇ ਟੱਪਰਾਂ ਚ ਪੈਂਦੀ ਆ ਤਰੀਕਾ ਸੋ ਸੱਕਾ ਗੁਣ ਹੋ ਗਿਆ ਸ਼ਰੀਕਾ ਸੋ ਹੋ ਗਿਆ ਜ਼ਮਾਨੇ ਦੀ ਅਰੀਕਾ ਸੋ ਜਿਹਨੇ ਜਾਨ ਮਾਰ ਕੇ ਬਣਾਈ ਜਾਇਦਾਦ ਸੀ ਪਾਈਆਂ ਦੀ ਨੀ ਬੰਦੀ ਉਹਨੂੰ ਕਿਤੇ ਯਾਦ ਸੀ ਦਿਲ ਦਾ ਮਰੀਜ਼ ਹੋਇਆ ਸੱਟ ਤੋਂ ਬਾਅਦ ਸੀ ਸਾਡੀ ਤਕਲੀਫ ਲੋਕਾਂ ਲਈ ਸਵਾਦ ਸੀ ਕੋਰਟ ਦੇ ਥਾਣੇ ਕੱਢਦੇ ਨੀ ਹੱਲ ਤੱਕਦੇ ਨੀ ਲੋਕੀ ਸਾਨੂੰ ਜਿਵੇਂ ਕ੍ਰਿਮੀਨਲ ਨਵੀਂ ਗੱਲ ਸਿੱਖਣਾ ਆਮ ਅੱਜ ਕੱਲ ਇੱਕ ਮਿੰਟ ਤੋਂ ਪਹਿਲਾਂ ਕੰਧੇ ਵਾਂ ਮਲ ਸਾਂਝੀ ਜਗ੍ਹਾ ਕਾਰੋਬਾਰ ਹੋਇਆ ਹੱਥ ਹੋਇਆ ਟਾਈਟ ਪਰਿਵਾਰ ਹੋਇਆ ਸਭ ਪਰ ਲਿਆ ਨੀਲੋਨ ਮਕਾਨ ਗਿਆ ਨਕ ਨੌਕਰੀ ਲੱਗੀ ਸਾਲ ਗਿਆ ਟੱਪ ਬੱਚਿਆਂ ਨੂੰ ਕੰਧ ਤੋਂ ਰੱਖਣਾ ਹੈ ਦੂਰ ਪੈਸੇ ਨੀ ਹੁਨਰ ਦਾ ਕਰਨਾ ਗੁਰੂ ਦਿਨੇ ਕਰੇ ਜੋ ਰਾਤੀ ਲਿਖੇ ਮਨਜੋਤ ਛੋਟੀ ਭਾਵੇਂ ਗੱਡੀ ਵੱਡੀ ਮੇਰੀ ਸ਼ੌਕ ਟੱਪਰਾਂ ਚ ਪੈਂਦੀ ਆ ਤਰੀਕਾ ਸੋ ਸੱਕਾ ਗੁਣ ਹੋ ਗਿਆ ਸ਼ਰੀਕਾ ਸੋ ਹੋ ਗਿਆ ਜ਼ਮਾਨੇ ਦੀ ਅਰੀਕਾ ਸੋ ਸ਼ੋ ਦੇ ਮਰਨ ਦੀ ਉਡੀਕਾ ਸੋ ਮੈਂ ਨੀ ਵੀਰੇ ਲੱਕ ਮੇਰਾ ਮੈਡ ਹੈ ਮੈਂ ਅੰਬਰਾਂ ਦਾ ਬਾਜ ਤੂੰ ਪਿੰਜਰੇ ਚ ਕੈਦ ਹੈ ਮੈਂ ਅੰਬਰਾਂ ਦਾ ਬਾਜ ਤੂੰ ਪਿੰਜਰੇ ਚ ਕੈਦ ਹੈ ਮੈਂ ਅੰਬਰਾਂ ਦਾ ਬਾਜ ਹਾਂ ਸਹੀ ਹੈ ਹੋ ਟੱਪਰਾਂ ਚ ਪੈਂਦੀ ਅੱਛਾ ਸੱਕਾ ਗੁਣ ਹੋ ਗਿਆ ਸੰਧੂ ਸਾਹਿਬ ਹੋ ਗਿਆ ਜ਼ਮਾਨੇ ਐਮ ਐਸ ਕੇ ਪਿਓ ਦੇ ਮਰਨ ਦੀ ਉਡੀਕਾ ਸੋ